ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਗੋਰਾ ਮੱਕੜ, ਅੱਜ ਭਗਤਾ ਭਾਈ ਕਾ ਬਾਈ ਗੋਲਡੀ ਦੀ ਚਾਪ 'ਤੇ ਆਏ ਹਾਂ। ਬਹੁਤ ਵਧੀਆ ਬਾਈ ਦਾ ਕੰਮ ਆ, ਬਹੁਤ ਵਧੀਆ ਚਾਹ ਬਣਾਉਂਦਾ ਬਾਈ, ਬਹੁਤ ਸਵਾਦ ਟੇਸਟੀ ਕੰਮ ਆ ਬਾਈ। ਅਤੇ ਬਹੁਤ ਖੁਸ਼ੀ ਹੋਈ ਆਪਣੇ ਭਗਤਾ ਭਾਈ ਕਾ ਸ਼ਹਿਰ ਦੇ ਵਿੱਚ ਇੰਨੀ ਵਧੀਆ ਕੁਆਲਿਟੀ ਮਿਲਣ ਲੱਗ ਗਈ। ਅਸੀਂ ਤਾਂ ਬਠਿੰਡੇ ਜਾਂਦੇ ਸੀ ਪਹਿਲਾਂ, ਅਤੇ ਜਾਂ ਅਸੀਂ ਅੰਮ੍ਰਿਤਸਰ ਖਾਧੀ ਸੀ ਇਹ ਜੀ ਚਾਪ ਬਾਈ, ਉਹ ਜਿਹਾ ਹੀ ਟੇਸਟ ਆ ਜਮਾਂ, ਬਿਲਕੁਲ ਪੂਰੀ ਵਧੀਆ ਕੁਆਲਿਟੀ ਆ। ਤੁਸੀਂ ਇੱਕ ਵਾਰੀ ਆ ਕੇ ਜਾਓ ਬਾਈ ਦਾ, ਇੱਥੇ ਕੰਮ ਬਾਈ ਨੇ ਕੀਤਾ ਗਾ ਆਪਣਾ ਬਾਘਾ ਪੁਰਾਣਾ ਰੋਡ ਦੇ ਨਵੇਂ ਪੁਲ ਦੇ ਇੱਥੇ ਗੋਆ ਟੇਲਰ ਦੇ ਥੱਲੇ ਬੇਸਮੈਂਟ ਦੇ ਵਿੱਚ, ਬਹੁਤ ਵਧੀਆ ਕੰਮ ਵੀਰੇ। ਬਾਕੀ ਉਹਨਾਂ ਵਾਸਤੇ ਜ਼ਿਆਦਾ ਵਧੀਆ ਜਿਨ੍ਹਾਂ ਨੇ ਇਕੱਲਾ ਵੈੱਜ ਖਾਣਾ, ਵੈੱਜ ਖਾਣਾ ਬਾਈ, ਨੋਨ ਵੈੱਜ ਨੂੰ ਬਿਲਕੁਲ ਵੀ ਅੰਦਰ ਨਹੀਂ ਵੜਨ ਦਿੰਦਾ। ਵੈੱਜ ਦੇ ਵਿੱਚ ਪੂਰੀ ਵਧੀਆ ਕੁਆਲਿਟੀ ਹੈ ਬਾਈ ਦੀ, ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਬਾਈ। ਮੈਂ ਤਾਂ ਬਾਈ ਦੇ ਹੱਥ ਚੁੰਮ ਕੇ ਜਾਊਂਗਾ ਜੀ, ਇੰਨਾ ਘੈਂਟ ਚੀਜ਼ ਬਣਾਈ ਹੈ ਬਾਈ। ਕਿਉਂ ਅਸੀਂ ਬਾਈ ਨੋਨ ਵੈੱਜ ਤਾਂ ਯੂਜ਼ ਕਰਦੇ ਨਹੀਂ, ਨਾ ਅਸੀਂ ਪੈਗ ਲਾਉਂਦੇ, ਨਾ ਅਸੀਂ ਮੀਟ ਵਗੈਰਾ ਅੰਡਾ ਵਗੈਰਾ ਖਾਂਦੇ ਹਾਂ, ਸਾਨੂੰ ਤਾਂ ਇਹੀ ਚੀਜ਼ਾਂ ਵਧੀਆ ਲੱਗਦੀਆਂ। ਇਹੀ ਚੀਜ਼ ਅਸੀਂ ਬਠਿੰਡੇ ਖਾਣ ਜਾਂਦੇ ਸੀ ਸਪੈਸ਼ਲ, ਹੁਣ ਅਸੀਂ ਇੱਥੇ ਭਗਤੇ ਆ ਗਏ ਬਾਈ, ਉਹਨਾਂ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਵੀ ਇੰਨੀ ਵਧੀਆ ਕੁਆਲਿਟੀ ਭਗਤੇ ਸਾਨੂੰ ਮਿਲਣ ਲੱਗ ਗਈ। ਅਤੇ ਮੇਰੇ ਬਾਈ ਜਿਹੜੇ ਮੈਨੂੰ ਜਾਣਦੇ, ਮੇਰੇ ਦੋਸਤ ਆ, ਮੇਰੇ ਮਿੱਤਰ ਆ, ਮੈਂ ਵੀ ਵੀਡੀਓ ਪਾਊਂਗਾ, ਪਰ ਤੁਸੀਂ ਬਾਈ ਇੱਕ ਰਿਵਿਜ਼ਿਟ ਕਰਕੇ ਜਾਓ, ਵੇਖੋ ਕੁਆਲਿਟੀ ਵੇਖੋ, ਬਹੁਤ ਵਧੀਆ ਕੰਮ ਆ ਬਾਈ ਦਾ, ਸਿਰਾ ਲਾਇਆ ਪਿਆ ਬਾਈ ਭਗਤੇ ਦੇ ਵਿੱਚ। ਮੈਂ ਕਹਿੰਦਾ ਗੋਲ ਗੋਲ ਗੱਪੇ ਖਾਣ ਦੀ ਤਾਂ ਲੋੜ ਹੀ ਨਹੀਂ, ਤੁਸੀਂ ਇੱਕ ਘਰ ਆਓ, ਐਂਡ ਹੈ ਕੰਮ, ਪੂਰਾ ਸਿਰਾ ਕੰਮ ਹੈ।